अखी देखिया बट जिहड़े बच्चे ने सिर्फ सुनिया सी इस मूवी बारे उन्हां दे की असर जाएगा इस मूवी दा? देखो जी, असर तो उन्हां दा यही जाएगा कि उन्होंने पास्ट जिहड़ा हुंदा सी हमेशा अपने बजुर्गों को सुनते होंने भी इदा हुंदा सी। जिदा मेरे डैडी भी दस देंदे सी भी असी कितां, मेरे डैडी ने एक्चुअली दस्सिया जदों पिंड रहिंदे हुंदे सी ते पैरां च चप्पलां चुप्पलां दा रवाज उदों नहीं सी हुंदा, कहिंदे गर्मी लगदी सी पैर सड़दे सी, कहिंदे सी पत्ते ला के ना वड्डे दरख्तां दे पैरां नूं पत्ते बन्न के चले जाईदा हुंदा सी कि पैर नहीं सी सड़दे। हुण साडे लई बड़ी एक अनूठी गल है भी इदा कितां हो सकदा कोई पैरां नूं पत्ते बन्न के चला जांदा स्कूल नूं। इदा ही जदों असीं अपने बच्चों दसते हैं ना, जिन्ना मर्जी दसी जाओ कि बहुत वड्डा एंटीना लगा हुंदा सी उह हिल जांदा सी ते फिर उत्तों थल्लों आवाजां देणियां, उह थल्ले पुछणा आ गई, उन्हें कहना नहीं नहीं फिर आ गई इत्थे रह, उह बेचारे ड्यूटी हुंदी सी इत्थे फड़ के खड़ा रह, हुण जे हिलिया तां फिर थल्लों कपिल देव दी आखरी बॉल मिस हो जाणी है। ਉਹ ਇੱਕ ਬਾਕੀ ਟੱਪਰ ਮੈਚ ਦੇਖਦਾ ਹੁੰਦਾ ਸੀ, ਇੱਕ ਜਣੇ ਨੂੰ ਐਂਟੀਨਾ ਫੜ ਕੇ ਖਲੋਣਾ ਪੈਂਦਾ ਸੀ। ਫਿਰ ਤੁਹਾਡੀ ਚੁਆਇਸ ਹੁੰਦੀ ਸੀ ਲਾਹੌਰ ਦੇਖਣਾ ਤੇ ਲਾਹੌਰ ਵੱਲ ਕਰ ਲਓ, ਜਲੰਧਰ ਦੂਰਦਰਸ਼ਨ ਦੇਖਣਾ ਤੇ ਇੱਧਰ ਕਰ ਲਓ। ਇਹ ਚੀਜ਼ਾਂ ਲੋਕਾਂ ਨੂੰ ਬੱਚਿਆਂ ਨੂੰ ਦੱਸੋ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਕਿਹੜੀ ਗ੍ਰੈਮਰ ਬੋਲਦੇ ਵੀ ਕਿਹੜੀ ਭਾਸ਼ਾ ਬੋਲ ਰਹੇ ਨੇ, ਪਰ ਜਦੋਂ ਹੁਣ ਬੱਚੇ ਸਾਰਾ ਕੁਝ ਸਕਰੀਨ ਤੇ ਦੇਖ ਲੈਣਗੇ ਉਹ ਇੱਕ ਜਿਹੜਾ ਲੇਟ 80s ਦਾ ਕਹਿ ਲਓ 80s ਦਾ ਮਤਲਬ ਅਰਲੀ 80s ਤੋਂ ਸ਼ੁਰੂ ਹੋ ਗਏ ਸੀ ਵੈਸੇ ਟੀਵੀ ਆਉਣੇ, ਪਰ ਲੇਟ 80s ਵਿੱਚ ਸਾਡੇ ਪਿੰਡਾਂ 'ਚ ਵੀ ਆਉਣ ਲੱਗ ਗਏ ਸੀ, ਟੀਵੀ ਕਾਮਨ ਹੋਣ ਲੱਗ ਪਏ ਸੀ। ਸੋ ਮੇਰੇ ਖਿਆਲ ਨਾਲ ਇੱਕ ਬੜੀ ਕਮਾਲ ਦੀ ਚੀਜ਼ ਬੱਚਿਆਂ ਵਾਸਤੇ ਹੋਏਗੀ ਕਿ ਇੱਕ ਉਹ ਟ੍ਰਾਂਜੀਸ਼ਨ ਦੇਖਣਗੇ ਕਿ ਜਦੋਂ ਘਰਾਂ ਦੇ ਵਿੱਚ ਬਿਨਾਂ ਟੈਲੀਵਿਜ਼ਨ ਤੋਂ, ਅੱਜ ਤਾਂ ਸਾਰਿਆਂ ਦੀ ਜੇਬ 'ਚ ਮੋਬਾਈਲ ਨੇ, ਉਹ ਟੈਲੀਵਿਜ਼ਨ ਹੀ ਹੈ ਸਾਰਿਆਂ ਕੋਲ ਆਪੋ ਆਪਣੇ, ਇੱਕ ਉਹ ਜਿਹੜੀ ਟ੍ਰਾਂਜੀਸ਼ਨ ਨਾ ਕਿ ਘਰ ਟੈਲੀਵਿਜ਼ਨ ਤੋਂ ਬਿਨਾਂ ਕਿਵੇਂ ਹੁੰਦਾ ਸੀ, ਟੈਲੀਵਿਜ਼ਨ ਦੀ ਆਮਦ ਕਿਵੇਂ ਹੋਈ ਅਤੇ ਉਹਦੇ ਆਉਣ ਤੋਂ ਬਾਅਦ ਕੀ ਹੁੰਦਾ ਸੀ, ਇਹ ਚੀਜ਼ ਜਿਹੜੀ ਬੱਚੇ ਇਹਦੇ 'ਚ ਦੇਖਣਗੇ ਉਹ ਮੇਰੇ ਖਿਆਲ ਨਾਲ ਕਿ ਬਹੁਤ ਵੱਡਾ ਕੈਚ ਹੈ। ਇਹ ਭਾਜੀ ਜਿੱਦਾਂ ਜੁਗਾੜ ਨਹੀਂ ਹੁੰਦੇ ਇੰਡੀਆ ਦੇ, ਹਰ ਚੀਜ਼ ਦਾ ਜੁਗਾੜ ਹੁੰਦਾ, ਜਿੱਦਾਂ ਪੀਟਰ ਰੇੜਾ ਵੀ ਤੁਹਾਨੂੰ ਪਤਾ ਜੁਗਾੜ ਹੈ ਇੱਕ, ਉਹ ਕੋਈ ਲੀਗਲ ਗੱਡੀ ਨਹੀਂ ਹੈਗੀ। ਸਾਨੂੰ ਪਤਾ ਲੱਗਣਾ ਚਾਹੀਦਾ ਵੀ ਟੈਕਨੀਕ ਕੀ ਹੈ, ਚਾਰ ਪਹੀਆਂ ਦੇ ਉੱਤੇ ਚੀਜ਼ ਘੁੰਮਦੀ ਹੈ, ਬਾਕੀ ਚਾਰ ਐਂਗਲ ਮਾਰ ਕੇ ਉੱਤੇ ਫੱਟੇ ਲਾ ਕੇ ਆਪਣੀ ਤਿਆਰ ਕਰ ਲਓ। ਸੋ ਇੱਦਾਂ ਹੀ ਜਦੋਂ ਐਂਟੀਨਾ ਲੋਕਾਂ ਨੂੰ ਪਤਾ ਲੱਗਿਆ ਵੀ ਐਂਟੀਨਾ ਦੇ ਤਾਂ ਐਵੇਂ 1200 ਰੁਪਈਆ ਦਿੰਦੇ ਆ, ਉਹਦੇ ਪੁਰਾਣੇ ਸਾਈਕਲ ਦਾ ਰਿਮ ਵਢਾ ਕੇ ਦੋ ਤਾਰਾਂ ਲਾਉਣੀਆਂ ਉਹਨੂੰ ਸੈੱਟ ਕਰ ਦਿਓ, ਤੇ ਇਹ ਵਾਕਈ ਤੁਸੀਂ ਬੜੀ ਵੱਡੀ ਗੱਲ ਕੈਚ ਕੀਤੀ। ਮੈਨੂੰ ਲੱਗਦਾ ਸੀ ਫਿਲਮ 'ਚ ਮਿਸ ਕਰ ਗਏ, ਕਿਤੇ ਨਾ ਕਿਤੇ ਵੀ ਸਾਨੂੰ ਅਗਲੀ ਫਿਲਮ 'ਚ ਦਿਖਾਵਾਂਗੇ ਭਾਜੀ ਹੁਣ ਰਿਮ ਵਾਲਾ ਐਂਟੀਨਾ ਵੀ, ਉਹ ਸਾਰੇ ਪਾਸੇ ਕਵਰ ਕਰ ਲੈਂਦਾ ਹੁੰਦਾ ਸੀ। ਐਕਚੁਅਲੀ ਇਹ ਤੁਸੀਂ ਲਾਇਆ ਭਾਜੀ ਕਿਤੇ ਉਦਾਂ ਨਹੀਂ ਯਾਦ ਆ ਸਕਦਾ ਕਿਸੇ ਨੂੰ। ਹਾਂ ਵਿੱਚ ਜ਼ਿਕਰ ਉਸ ਚੀਜ਼ ਦਾ ਜ਼ਰੂਰ ਆਉਂਦਾ ਜੀ, ਕਿਉਂਕਿ ਮੈਂ ਦੱਸਦਾ ਤਾਂ ਰੀਜ਼ਨ ਤੁਹਾਨੂੰ ਦੱਸ ਦਿੰਦਾ ਕੀ ਹੈ ਜੀ। ਸਾਡੇ ਦੂਰਦਰਸ਼ਨ ਜਲੰਧਰ ਤਾਂ ਬਹੁਤ ਲੇਟ ਆਇਆ, ਉਸ ਤੋਂ ਪਹਿਲਾਂ ਅੰਮ੍ਰਿਤਸਰ ਇੱਕ ਛੋਟਾ ਜਿਹਾ ਸੈਂਟਰ ਬਣਿਆ ਸੀ, ਪਰ ਉਸ ਤੋਂ ਪਹਿਲਾਂ ਵੀ ਜਿੰਨਾ ਕੰਟੈਂਟ ਸੀ ਬਣ ਕੇ ਸਾਰਾ ਉੱਥੋਂ ਆਉਂਦਾ ਹੁੰਦਾ ਸੀ ਦਿੱਲੀ ਤੋਂ, ਇੱਥੇ ਪ੍ਰੋਡਕਸ਼ਨ ਨਹੀਂ ਸੀ ਹੁੰਦੀ ਦੂਰਦਰਸ਼ਨ 'ਚ, ਨਾ ਹੀ ਅੰਮ੍ਰਿਤਸਰ ਪ੍ਰੋਡਕਸ਼ਨ ਹੁੰਦੀ ਸੀ। ਇਹ ਤਾਂ ਬਹੁਤ ਲੇਟ ਜਾ ਕੇ ਪ੍ਰੋਡਕਸ਼ਨ ਇੱਥੇ ਸ਼ੁਰੂ ਹੋਈ ਹੈ, ਔਰ ਲੋਕਾਂ ਦਾ ਪਾਕਿਸਤਾਨ ਟੀਵੀ ਦੇਖਣ ਦਾ ਕਾਰਨ ਇਹ ਸੀ ਕਿ ਪਾਕਿਸਤਾਨ ਦਾ 70% ਹਿੱਸਾ ਜਿਹੜਾ ਉਹ ਪੰਜਾਬ ਹੀ ਹੈ, ਔਰ ਉੱਥੇ ਪੰਜਾਬੀ ਕੰਟੈਂਟ ਇੰਨਾ ਜ਼ਬਰਦਸਤ ਬਣਦਾ ਸੀ ਉਦੋਂ ਵੀ, ਜਿਹੜਾ ਸਾਡੇ ਪੰਜਾਬੀ ਨਾਟਕ ਸਕਿੱਟਾਂ ਦੇਖਣ ਨੂੰ ਲੋਕ ਤਰਸਦੇ ਸੀ, ਉੱਥੇ ਉਹ ਪ੍ਰਫੁੱਲਤ ਹੋ ਚੁੱਕਾ ਸੀ। ਉਹਨਾਂ ਦੇ ਕਰੈਕਟਰ ਜਿਨ੍ਹਾਂ ਨੇ ਅੰਧੇਰੇ ਉਜਾਲੇ, ਸੋਨਾ ਚਾਂਦੀ ਦੇਖਿਆ, ਉਹਨਾਂ ਨੂੰ ਯਾਦ ਹੋਣਾ ਅੰਧੇਰੇ ਆਏ ਵਾਰੀ ਵਾਰੀ ਸਭ ਕੇ ਪਾਸ ਜਾਤਾ ਨੰਬਰ ਬਣਾਉਣ ਕੇ ਲਈ, ਉਹ ਪੰਜਾਬੀ ਵਰਗਾ ਉਰਦੂ ਬੋਲਦੇ ਸੀ, ਸਾਨੂੰ ਕੰਟੈਂਟ ਆਪਣਾ ਲੱਗਦਾ ਸੀ, ਇਸ ਕਰਕੇ ਸਾਡੀ ਤਰਜੀਹ ਹੁੰਦੀ ਸੀ ਕਿ ਪਾਕਿਸਤਾਨ ਤੋਂ ਆਹ ਡਰਾਮਾ ਜਿਹੜਾ ਆਉਣਾ ਉਹ ਜ਼ਰੂਰ ਦੇਖਣਾ ਆਪਾਂ। ਉਹਦਾ ਅੱਜ ਰਿਵਰਸ ਦੇਖੋ, ਅਸੀਂ ਬਹੁਤ ਤਰੱਕੀ ਕਰ ਗਏ, ਸਾਡਾ ਪੰਜਾਬੀ ਸਿਨੇਮਾ ਬਹੁਤ ਸਟਰੋਂਗ ਹੋ ਗਿਆ, ਅੱਜ ਪਾਕਿਸਤਾਨ ਕੋਲ ਆਪਣਾ ਪੰਜਾਬੀ ਸਿਨੇਮਾ ਅਜੇ ਉਸ ਲੈਵਲ 'ਤੇ ਨਹੀਂ, ਸਾਡਾ ਆਪਣਾ ਪੰਜਾਬ ਹੀ ਉੱਧਰ ਵੀ ਉਹ ਲੋਕ ਬਹੁਤ ਪਿਆਰ ਕਰਦੇ ਨੇ ਸਾਡੇ ਇੱਧਰਲੇ ਪੰਜਾਬੀ ਸਿਨੇਮੇ ਨੂੰ। ਸੋ ਜਿਹੜੇ ਕੁਆਲਿਟੀ ਦਾ ਕੰਟੈਂਟ ਹੋਏਗਾ ਉਹ ਜ਼ਰੂਰ ਦੇਖਿਆ ਜਾਏਗਾ। ਯਾਦ ਹੀ ਉਹਦੇ ਨਾਲ ਸਾਰੀਆਂ ਯਾਦਾਂ ਜੁੜੀਆਂ ਜੀ, ਉਹ ਤਾਂ ਬੜੀ ਕਮਾਲ ਚੀਜ਼ ਹੁੰਦੀ ਸੀ ਸਿਆਲਾਂ ਦੇ ਵਿੱਚ ਭਾਜੀ, ਅੱਜ ਨਿਆਣਿਆਂ ਨੂੰ ਉੱਠ ਕੇ ਕਹਿ ਦਿਓ ਬੱਤੀ ਬੰਦ ਕਰ ਦਿਓ ਅਤੇ ਨਿਆਣੇ ਰਜਾਈ 'ਚੋਂ ਨਹੀਂ ਉੱਠਦੇ, ਅਤੇ ਮੈਨੂੰ ਯਾਦ ਆ ਜੀ
घर च सारिया की जान से बनी टीवी चलता ना एवं फोटो जो छोटी हो जानी ना ही उत्ते वो व्याह का स्टेबलाइजर जिनी मर्जी ठंड हो सारे ने छाल मार के जाना भी फटाफट जाके वोल्टेज सैट कर दी कि ट्यूबा ना सड़ जाए इदा ही होंदा सी कि नहीं जी अजकल बच्चे फिक्र घर अग लगी हो शामी फोन पापा सवेर की अग लगी हुई घर देखियो आके चलो फिक्र ही नहीं होंदा कहिंदा बुझाई नहीं बिड़ो नहीं पापा मैं सुता सी मैं कहा चल आपे ही बुझ जूगी तो साड़ी जान तो बनी होंगी सी प्यो ने स्टेबलाइजर दोबारा कितों लिया के देना तो ये चीज जातां बनिया ने और जदों मैनू याद है कि मेरे डैडी नूं पुछिया सी इक वारी किसी ने पुछिया मतलब असी जदों टीवी लिया ना लिया किश्तां ते ये तो वाल्मीकि गेट तो लिया सी जी ते पहलो एंटीना लिया ही नहीं नाल सॉरी लत्तां नहीं लईयां नाल भी मेज ते रख लांगे 80 रुपये बचते सी जे लत्तां नाल हो तां सोचा मेज ते रख लांगे चलो हना उन्नी किश्त कटेगी ते फिर जो घर आके लगा भी टावर नहीं बनी फिर पता नहीं किधरों पैसे फड़ फुड़ के फिर चार लत्तां लियांदियां जाके भी इह तां लत्तां ते ही सोहना लगदा ते मजे की गल उह साडे आले दुआले दे हालांकि असीं जलंधर शहर च ही रहिंदे सी इत्थे साडे आले दुआले दे कोई 20 घरां दे विच टीवी है नहीं सी ਉਹ 20-22 ਘਰਾਂ ਦਾ ਲੋਡ ਸਾਰਾ ਸਾਡੇ ਘਰ ਤੇ ਸੀ ਅਸੀਂ ਉਦੋਂ ਸ਼ਾਮ ਨੂੰ ਚੌਧਰੀ ਬਣੇ ਹੁੰਦੇ ਸੀ ਪੂਰੇ ਸਾਡੀ ਮਰਜ਼ੀ ਹੁੰਦੀ ਸੀ ਕਿਹਨੂੰ ਗੇਟ ਖੋਲਣਾ ਕਿਹਨੂੰ ਨਹੀਂ ਖੋਲਣਾ ਅੱਛਾ ਫਿਰ ਮਜ਼ਾ ਕੀ ਗੱਲ ਦਾ ਆਉਂਦਾ ਸੀ ਕਿ ਜਿਹੜੇ ਰਿਸਪੈਕਟੇਬਲ ਲੋਕ ਆਉਂਦੇ ਸੀ ਗਲੀ ਮਲੇ ਅੰਕਲ ਜੀ ਆ ਗਏ ਸਰਦਾਰ ਭਗਵਾਨ ਸਿੰਘ ਜੀ ਆ ਗਏ ਫਲਾਣਾ ਸਿੰਘ ਜੀ ਆ ਗਏ ਨਿਰੰਜਨ ਸਿੰਘ ਜੀ ਆ ਗਏ ਜਿਹੜੇ ਜਿਹੜੇ ਵੀ ਆਉਂਦੇ ਸੀ ਸਾਡੇ ਉਹਨਾਂ ਨੂੰ ਬੈੱਡ 'ਤੇ ਬਿਠਾਉਣਾ ਇੱਕੋ ਹੀ ਤਾਂ ਕਮਰਾ ਸੀ ਉਹ ਬੈੱਡ 'ਤੇ ਅਸੀਂ ਸਾਰਾ ਟੱਬਰ ਪੁੰਜੇ ਬੈਠੇ ਹੁੰਦੇ ਸੀ ਕਿਉਂਕਿ ਰਿਸਪੈਕਟ ਦੇਣੀ ਪੈਂਦੀ ਸੀ ਇਹ ਖੂਬਸੂਰਤ ਯਾਦਾਂ ਨੇ ਪਰ ਡੈਡੀ ਦੀ ਗੱਲ ਜਿਹੜੀ ਦੱਸਣ ਲੱਗਾ ਸੀ ਟੀਵੀ ਮੈਂ ਪਤਾ ਨਹੀਂ ਉਦੋਂ ਸਾਨੂੰ ਕਿੰਨੇ ਦਾ ਪਿਆ ਹੋਣਾ ਮੰਨ ਕੇ ਚੱਲੋ ਕਿ 2000 ਰੁਪਏ ਦਾ ਟੀਵੀ ਹੋਏਗਾ ਅਤੇ ਡੈਡੀ ਨੂੰ 3 ਮਹੀਨੇ ਬਾਅਦ ਕਿਸੇ ਨੇ ਪੁੱਛਿਆ ਕਹਿੰਦੇ ਸਰਦਾਰ ਜੀ ਕਿੰਨੇ ਦਾ ਪਿਆ ਟੀਵੀ ਡੈਡੀ ਕਹਿੰਦੇ ਵੀ ਅੰਦਾਜ਼ਾ ਜਿਹਾ ਲਾਵਾਂ ਤਾਂ 4,500 ਤਾਂ ਅਜੇ ਪੈ ਰਿਹਾ ਕਹਿੰਦੇ ਉਹ ਕਿੱਦਾਂ ਕਹਿੰਦੇ ਰੋਜ਼ ਕਹਿੰਦੇ ਟੀਵੀ ਦਾ ਆਪਣਾ ਖਰਚਾ ਉਹਨਾਂ ਨੇ ਜਿੰਨਾ ਸ਼ਾਮ ਦਾ ਕਹਿੰਦੇ 60-70 ਰੁਪਏ ਦਾ ਪਕੌੜਿਆਂ ਦਾ ਖਰਚਾ ਹੋ ਜਾਂਦਾ ਗਾ ਜਿਹੜਾ ਹੁਣ ਆਇਆ ਤੁਸੀਂ ਚਾਹ ਨਹੀਂ ਨਹੀਂ ਅੰਕਲ ਚਾਹ ਦੇ ਵਿਆਹ ਨਹੀਂ ਰੱਖ ਰੱਖ ਚਾਹ ਰੱਖ ਤੂੰ ਕੋਈ ਨਹੀਂ ਪੀਣਗੇ ਪੀਣਗੇ ਅੰਕਲ ਵੀ ਸ਼ਾਮੀ ਘਰੋਂ ਚਾਹ ਨਹੀਂ ਸੀ ਪੀ ਕੇ ਆਉਂਦਾ ਉਹਨੇ ਖਬਰਾਂ ਭਾਵੇਂ ਨਾ ਹੀ ਸੁਣਨੀ ਹੁਣ ਚਾਹ ਪੀਣ ਦੇ ਬਹਾਨੇ ਮੈਂ ਹਾਂ ਖਬਰਾਂ ਹੀ ਸੁਣਾ ਹੀ ਹੈ ਮੈਂ ਪੀਣੀ ਤਾਂ ਅੰਕਲ ਚਾਹ ਹੈ ਤੁਸੀਂ ਮੈਨੂੰ ਪਤਾ ਸੋ ਇਹ ਯਾਦਾਂ ਜਿਹੜੀਆਂ ਨਾ 40-40 ਬੰਦੇ ਤੁਹਾਡੇ ਘਰ ਬੈਠੇ ਨੇ ਪਤੀਲਿਆਂ ਦੇ ਚਾਹਾਂ ਬਣ ਰਹੀਆਂ ਪਕੌੜੇ ਕੱਟੇ ਜਾ ਰਹੇ ਨੇ ਉਹ ਕਲਚਰ ਮਰ ਗਿਆ ਪੰਜਾਬ ਦੇ ਵਿੱਚ ਅੱਜ ਸੱਕਾ ਰਿਸ਼ਤੇਦਾਰ ਘਰ ਆ ਜੇ ਨਾ ਜਿਹੜੀ ਝੂਠੀ ਜਿਹੀ ਮੁਸਕਰਾਨ ਹੈ ਉਹ ਸਭ ਕੁਝ ਦੱਸ ਦਿੰਦੀ ਵੀ ਤੁਹਾਨੂੰ ਕਿੰਨੀ ਕੁ ਖੁਸ਼ੀ ਹੋਈ ਹੈ ਉਹ ਵੀ ਅੱਗੋਂ ਆਪਾਂ ਝੂਠਾ ਜਿਹਾ ਹੱਸਕੋ ਵੀ ਦੱਸ ਦਿੰਦਾ ਵੀ ਉਹ ਵੀ ਕਿੰਨੇ ਕੁ ਕਿਤੇ ਚਾਅ ਨਾ ਆਇਆ ਵੀ ਮਜਬੂਰੀ ਜੀ ਆਇਆ ਸੋ ਇਹ ਜਿਹੜੀ ਇੱਕ ਰਿਸ਼ਤੇ ਦੀ ਖੂਬਸੂਰਤੀ ਹੁੰਦੀ ਸੀ ਨਾ ਉਹ ਸਭ ਤੋਂ ਵੱਡੀ ਯਾਦ ਹੈ ਗਾਣੇ ਕਿਉਂਕਿ ਡਿਪਾਰਟਮੈਂਟ ਇਹਨਾਂ ਦਾ ਜੀ ਕੁਲਵਿੰਦਰ ਬਿੱਲਾ ਜੀ ਦਾ ਤੇ ਗਾਣੇ ਤੋਂ ਅਜੇ ਸੁਣਾਇਆ ਕੋਈ ਨਹੀਂ ਗਾਣਾ ਲੱਗਦਾ ਤੁਸੀਂ ਬਸ ਹਾਂਜੀ ਲੈ ਨਹੀਂ ਨਹੀਂ ਭਾਜੀ ਉਹ ਨਾ ਸਿਰਫ ਇਹ ਹੈ ਕਿ ਉਹਨਾਂ ਸੀਗਾ ਲੋਕਲ ਮੈਂ ਹੀ ਹਾਂ ਨਾ ਵਿੱਚੋਂ ਉਹ ਲਿਹਾਜ ਕਰਕੇ ਵੀ ਆਪਣਾ ਘਰ ਦਾ ਬੰਦਾ ਜੇ ਮਿਸ ਹੋ ਗਿਆ ਤਾਂ ਫਿਰ ਪਰ ਮੈਨੂੰ ਤਾਂ ਨਜ਼ਰ ਨਹੀਂ ਆ ਰਿਹਾ ਲਾਈਟਾਂ ਪੈ ਰਹੀਆਂ ਅੱਧੇ ਤਾਂ ਮੈਂ ਪਛਾਣੇ ਹੋਣੇ ਜਿੰਨੇ ਪਿੱਛੇ ਬੈਠੇ ਨੇ ਮੇਰਾ ਹੋਮ ਟਾਊਨ ਹੈ ਮੇਰਾ ਘਰ ਹੈ ਜੀ ਅਤੇ ਗਾਣਿਆਂ ਬਾਰੇ ਮੈਂ ਚਾਹਾਂਗਾ ਕੁਲਵਿੰਦਰ ਬਿੱਲਾ ਜੀ ਇਹਦੇ ਮਿਊਜ਼ਿਕ ਬਾਰੇ ਥੋੜ੍ਹੀ ਜਿਹੀ ਤੁਹਾਨੂੰ ਜਾਣਕਾਰੀ ਜ਼ਰੂਰ ਦੇਣ ਕਿਉਂਕਿ ਇਸ ਵੇਲੇ ਮਿਊਜ਼ਿਕ ਸਭ ਤੋਂ ਵੱਡਾ ਕੈਚ ਬਣਿਆ ਹੋਇਆ ਇਸ ਫਿਲਮ ਦਾ ਔਰ ਉਹਦੇ 'ਤੇ ਮੈਕਸੀਮਮ ਲੋਕ ਰੀਲਾਂ ਬੱਚੇ ਬਣਾ ਕੇ ਅਪਲੋਡ ਕਰ ਰਹੇ ਨੇ ਔਰ ਇਹਨਾਂ ਦੀ ਕੁਆਲਿਟੀ ਬਿੱਲੇ ਹੋਣਾਂ ਦੀ ਇਹ ਹੈ ਕਿ ਪਰਿਵਾਰਕ ਗੀਤ ਔਰ ਕਦੇ ਵੀ ਬਿਲੋ ਦਾ ਬੈਲਟ ਜਾਂ ਓਵਰ ਦੀ ਟੌਪ ਇਹਨਾਂ ਨੇ ਕਦੇ ਨਹੀਂ ਗਾਇਆ ਸਾਰਥਿਕ ਸੁੱਚਾ ਗਾਉਣ ਦੀ ਕੋਸ਼ਿਸ਼ ਕਰਦੇ ਆ ਉਹੀ ਫਲੇਵਰ ਉਹੀ ਕੰਟੈਂਟ ਇਹਨਾਂ ਨੇ ਆਪਣੇ ਗੀਤਾਂ 'ਚ ਇਸ ਫਿਲਮ 'ਚ ਰੱਖਿਆ ਪਲੀਜ਼ ਭਾਜੀ ਹਾਂਜੀ ਜਿੱਦਾਂ ਦੱਸਿਆ ਤੁਹਾਨੂੰ ਅਸੀਂ ਪਹਿਲਾਂ ਵੀ ਆਪਣੀ ਗੱਲ ਹੋਈ ਹੈ ਅਤੇ ਇਸ ਫਿਲਮ ਦੇ ਵਿੱਚ ਟੋਟਲ 6 ਗਾਣੇ ਹੈਗੇ ਜਿਹਦੇ ਵਿੱਚੋਂ 3 ਗਾਣੇ ਰਿਲੀਜ਼ ਹੋ ਚੁੱਕੇ ਹੈਗੇ ਅਤੇ 3 ਗਾਣੇ ਹੋਰ ਰਿਲੀਜ਼ ਹੋਣ ਵਾਲੇ ਹੈ ਜਿਹਦੇ ਵਿੱਚੋਂ 1 ਗਾਣਾ ਅੱਜ ਰਿਲੀਜ਼ ਹੋਇਆ ਹੈ ਜਾਨ ਜੱਟ ਦੀ ਸੁਣਾਓ ਜੀ ਜਾਨ ਜੱਟ ਦੀ ਜਾਨ ਨਿਕਲ ਜੇ ਜੱਟ ਦੀ ਜੇ ਤੂੰ ਨਾ ਹੋਵੇਂ ਹਏ ਜਾਨ ਨਿਕਲ ਜੇ ਜੱਟ ਦੀ ਜੇ ਤੂੰ ਨਾ ਹੋਵੇਂ ਕਿਆ ਬਾਤ ਹੈ ਥੈਂਕ ਯੂ ਜੀ ਥੈਂਕ ਯੂ ਬਿਲਕੁਲ ਬਿਲਕੁਲ ਜਦੋਂ ਮੇਰਾ ਐਂਟੀਨਾ ਗਾਣਾ ਆਇਆ ਸੀ ਨਾ ਮੈਨੂੰ ਸਾਰੇ ਪੁੱਛਦੇ ਸੀਗੇ ਵੀ ਐਂਟੀਨਾ ਗਾਣਾ ਇੰਨਾ ਵਧੀਆ ਹੈ ਤਾਂ ਇਹਦਾ ਪਾਰਟ 2 ਕਦੋਂ ਬਣਾਓਗੇ ਜਿੱਦਾਂ ਮੇਰੇ ਟਾਈਮ ਟੇਬਲ ਗਾਣੇ ਜਿੱਦਾਂ ਨਾ ਮੇਰੇ ਉਹ ਗਾਣੇ ਮੈਨੂੰ ਵਧੀਆ ਲੱਗਦੇ ਸੀ ਉਸ ਟਾਈਮ ਦੇ ਅਤੇ ਫਿਰ ਮੈਂ ਸੋਚਿਆ ਮੈਂ ਵੀ ਜਦੋਂ ਹੁਣ ਐਂਟੀਨੇ ਦਾ ਪਾਰਟ 2 ਨਹੀਂ ਬਣਾਵਾਂਗੇ ਹੁਣ ਆਪਾਂ 2 ਘੰਟੇ ਦੀ ਫਿਲਮ ਹੀ ਬਣਾਵਾਂਗੇ ਕਿਉਂਕਿ ਇਹ ਟੌਪਿਕ ਹੀ ਇੰਨਾ ਵੱਡਾ ਹੈਗਾ ਮੈਨੂੰ ਇਹ ਨਹੀਂ ਲੱਗਦਾ ਕਿਸੇ ਇੱਕ ਸਟੇਟ ਦਾ ਇਹ ਪੂਰਾ ਹਰ ਬੰਦੇ ਨੇ ਹੰਢਾਇਆ ਹੈ ਜਿੰਨਾ ਸਮਾਂ ਅਤੇ ਉਹਨਾਂ ਲਈ ਹੈ ਅਤੇ
ਅਸੀਂ 2 ਘੰਟੇ ਦੀ ਹੁਣ ਫਿਲਮ ਬਣਾਈ ਇਹਦੇ ਵਿੱਚ ਉਹ ਐਂਟੀਨਾ ਪਾਰ ਸਾਰੇ ਜਿੰਨੇ ਵੀ ਨੇ ਉਹ ਸਾਰੇ ਇਹਦੇ ਵਿੱਚ ਆਪਾਂ ਨੇ ਦਿਖਾਏ ਨੇ ਅਤੇ ਬਹੁਤ ਵਧੀਆ ਫਿਲਮ ਬਣੀ ਹੈ ਅਤੇ ਤਾਜ ਹੋਰਾਂ ਨੇ ਬਹੁਤ ਵਧੀਆ ਡਾਇਰੈਕਟ ਕੀਤੀ ਹੈਗੀ ਅਤੇ ਤੁਸੀਂ ਸਾਰੇ ਇੰਜੋਏ ਕਰੋਗੇ ਇਸ ਟੌਪਿਕ देखो चल तो अजकल कॉन्टेंट ही रहे पिछे जी एक मूवी आई सी नीमे सस कुटनी उस फिल्म की आप गल करिए मैं लगता हवा की तो बाद ही गल हैगी घुग्गी भाजी भी उस फिल्म के इन्नी सुपर डुपर हिट फिल्म गई हैगी तो इस फिल्म साड़ी टैलीविजन का कॉन्टेंट बहुत वधिया हैगा तो बाकी तो देखो की बनता है तो सानू उम्मीद है कि साड़ी फिल्म बहुत वधिया जाऊगी तो नहीं नहीं पिंड स्टोरी है फॉरम के मैं लगता एंटीना उस टाइम होंगे सैट कि मैडी जी पुछ सकते मैं फोन होंगे कि नहीं ਉਥੇ ਇੰਗਲੈਂਡ ਤਾਂ ਹੁਣ ਵੀ ਲੱਗੇ ਹੋਏ ਕਰਾਂਗੇ ਤੇ ਹਾਂ ਜੀ ਤਾਂ ਹੁਣ ਵੀ ਲੱਗੇ ਹੋਏ ਥੋੜੇ ਬਹੁਤ ਹੈਗੇ ਆ ਨਾ ਫਿਰ ਤੁਹਾਡੇ ਨਾਲ ਅਮੀਰ ਅਸੀਂ ਸਾਡੇ ਲੱਗੇ ਹੋਏ ਸ਼ੋਲੇ ਲੱਗੇ ਹੋਏ ਨੇ ਸੋ ਬੇਸਿਕਲੀ ਜਦੋਂ ਟੈਲੀਵਿਜ਼ਨ ਮੈਂ ਵੀ ਸਕ੍ਰਿਪਟ ਸੁਣੀ ਮੇਰੇ ਲਈ ਸਾਰਾ ਕੁਝ ਬਹੁਤ ਨਵਾਂ ਸੀ ਕਿਉਂਕਿ ਆਬਵੀਅਸਲੀ ਇੰਗਲੈਂਡ ਵਿੱਚ ਤਾਂ ਕਲਰ ਟੀਵੀ ਤੋਂ ਅਸੀਂ ਸ਼ੁਰੂ ਕੀਤਾ ਸੀ ਐਂਡ ਜੋ ਵੀ ਟੈਲੀਵਿਜ਼ਨ ਵਿੱਚ ਹੋਇਆ ਮੇਰੇ ਲਈ ਸਭ ਕੁਝ ਬਹੁਤ ਨਵਾਂ ਸੀ ਜਿਵੇਂ ਕਿ ਜੁੱਤੀ ਲਾ ਕੇ ਅਸੀਂ ਬੈਠਦੇ ਸੀ ਭੁੰਜੇ ਬੋਰੀਆਂ 'ਤੇ ਟੀਵੀ ਟੈਲੀਵਿਜ਼ਨ ਦੇਖਣ ਸਾਡੇ ਡੇ ਨਾਈਟ ਸ਼ੂਟ ਹੁੰਦੇ ਸੀਗੇ ਸੋ ਮੈਨੂੰ ਫਸਟ ਹੈਂਡ ਐਕਸਪੀਰੀਅੰਸ ਮਿਲਿਆ ਕਿ ਐਕਚੁਅਲ ਵਿੱਚ ਕੀ ਹੁੰਦਾ ਸੀ ਠੰਡ ਦਾ ਟਾਈਮ ਸੀਗਾ ਉਦੋਂ ਅਤੇ ਆਰਤੀ ਹੁੰਦੀ ਸੀ ਫਿਲਮ ਵਿੱਚ ਵੀ ਦਿਖਾਇਆ ਜਾਂਦਾ ਜਦੋਂ ਵੀ ਰਮਾਇਣ ਆਉਂਦੀ ਆ ਆਰਤੀ ਹੁੰਦੀ ਆ ਐਂਡ ਲੜਾਈਆਂ ਬਹੁਤ ਹੋਈਆਂ ਟੈਲੀਵਿਜ਼ਨ ਪਿੱਛੇ ਕੌਮੇਡੀ ਅਵੇਅਰਨੈਸ ਹੈ ਮੈਨੂੰ ਲੱਗਦਾ ਮੈਂ ਵੀ ਬਹੁਤ ਮੈਂ ਸ਼ੂਟ ਕਰਦੇ ਬਹੁਤ ਇੰਜੋਏ ਕੀਤਾ ਬਹੁਤ ਸਾਰੀਆਂ ਚੀਜ਼ਾਂ ਮੈਂ ਸਿੱਖੀਆਂ ਕਿ ਅੱਛਾ ਇੱਦਾਂ ਹੁੰਦਾ ਸੀ ਇੱਦਾਂ ਹੁੰਦਾ ਸੀ ਐਂਡ ਆਈ ਥਿੰਕ ਸਾਰੇ ਬਹੁਤ ਇੰਜੋਏ ਕਰਨਗੇ ਬਟ ਯਾ ਇੰਗਲੈਂਡ ਥੋੜ੍ਹਾ ਜਿਹਾ ਅਲੱਗ ਕਲਰਫੁੱਲ ਮਾਹੌਲ ਸੀ ਇੱਥੇ ਵੀ ਕਲਰਫੁੱਲ ਮਾਹੌਲ ਹੈ ਫਿਲਮ ਵਿੱਚ ਜਦੋਂ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰੀ ਟੀ ਵੀ ਆਇਆ ਸੀ ਮਤਲਬ ਦੂਜਾ ਵੀ ਟੀ ਵੀ ਸੀ ਜਦੋਂ ਸਾਡੇ ਘਰ ਆਇਆ ਸੀਗਾ ਦੌਰ ਹੋਊਗਾ 86 ਦੇ ਨੇੜੇ ਤੇੜੇ ਟੀ ਵੀ ਆਇਆ ਸੀ ਮੈਂ 2-3 ਸਾਲ ਦਾ ਸੀ ਉਦੋਂ ਜਦੋਂ ਮੈਂ ਟੀ ਵੀ ਪਹਿਲੀ ਵਾਰੀ ਸਾਡੇ ਪਿੰਡ ਦੇ ਵਿੱਚ ਆਇਆ ਸੀ ਉਹ ਬਜਟ ਸਾਡੇ ਪ੍ਰੋਡਿਊਸਰ ਸਾਹਿਬ ਦੱਸਣਗੇ ਇੱਧਰ ਪੈਸੇ ਕਿੰਨੇ ਲੱਗੇ ਆ ਸਿਮਰ ਜੀ ਸਾਗਾ ਤੋਂ ਠੀਕ ਹੈ ਨਾ ਸੋ ਨਾਓ ਵੀ ਆਰ ਹੋਪਿੰਗ ਕਿ ਵੀ ਫਿਲਮ ਸਾਰਿਆਂ ਨੂੰ ਟ੍ਰੇਲਰ ਪਸੰਦ ਆ ਰਿਹਾ ਹੈ ਗੁੱਗੀ ਭਾਈ ਨੇ ਵੀ ਜਿੱਦਾਂ ਦੱਸਿਆ ਗਾਣੇ ਸਾਰਿਆਂ ਨੂੰ ਪਸੰਦ ਆ ਰਹੇ ਨੇ ਅਤੇ ਸਾਨੂੰ ਉਮੀਦ ਹੈ ਵਧੀਆ ਬਿਜ਼ਨਸ ਕਰੇਗੀ ਫਿਲਮ ਅਤੇ ਅਸੀਂ ਇਸ ਫਿਲਮ ਨੂੰ ਇੰਡੀਆ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਯੂਐਸ ਕੈਨੇਡਾ ਫਿਲੀਪੀਨਸ ਹਾਂਗਕਾਂਗ ਇਹ ਸਾਰੀ ਟੈਰੀਟਰੀਸ ਵਿੱਚ ਰਿਲੀਜ਼ ਕਰ ਰਹੇ ਹਾਂ ਪੈਰਲਲੀ ਅਤੇ ਦੁਬਈ ਯੈਸ ਯੂਏਈ ਵੀ ਰਿਲੀਜ਼ ਕਰ ਰਹੇ ਹਾਂ ਇਸ ਵਾਰੀ ਇਸ ਫਿਲਮ ਨੂੰ ਹੁਣ ਕੰਪਲੀਟ ਕੀਤੀ ਸੀ ਫਿਰ ਲੋਕਡਾਊਨ ਹੋ ਗਿਆ ਅਤੇ ਇਸ ਕਰਕੇ ਫਿਰ ਵੀ ਆਰ ਵੇਟਿਡ ਫੋਰ ਦਾ ਸਿਨੇਮਾ ਸਟੂਡੀਓ ਓਪਨ ਅਤੇ ਦੁਬਾਰਾ ਸਿਨੇਮਾ ਖੁੱਲ੍ਹੇ ਅਤੇ ਵਾਰੀ ਵਾਰੀ ਕਰਕੇ ਹਰ ਫਿਲਮ ਦਾ ਨੰਬਰ ਆ ਰਿਹਾ ਅਤੇ ਹੁਣ ਸਾਡੀ ਵਾਰੀ ਹੈ ਰਿਲੀਜ਼ ਕਰਨ ਦੀ ਸੋ ਵੀ ਆਰ ਰਿਲੀਜ਼ਿੰਗ ਦਿਸ ਫਰਾਈਡੇ ਦੇਖੋ ਮੈਂ ਨਾਂ ਨਹੀਂ ਲਊਂਗਾ ਕਿਸੇ ਦਾ ਕਿਉਂਕਿ ਭਾਜੀ ਲਾਈਕ ਜਸਟ ਫੋਰ ਯੂਰ ਇਨਫੋਰਮੇਸ਼ਨ ਐਜ਼ ਵੈਲ ਥੋੜ੍ਹਾ ਜਿਹਾ ਦੇਖੋ ਪ੍ਰੋਬਲਮ ਹੈ ਬਿਲਕੁਲ ਹੈ ਪ੍ਰੋਬਲਮ ਕੀ ਹੋਈ ਹੈ ਇੱਕ ਹਿੰਦੀ ਫਿਲਮਾਂ ਦਾ ਡਿਸਟ੍ਰੀਬਿਊਟਰ ਜਿਹੜੇ ਸਾਡੇ ਇੱਥੇ ਸਿਨੇਮਾਜ਼ ਨੇ ਮੰਡੀਆਂ 'ਚ ਉਹਨਾਂ ਨੂੰ ਬਲੈਕਮੇਲ ਕਰ ਰਿਹਾ ਕਿ ਤੁਸੀਂ ਅਗਰ ਹਿੰਦੀ ਫਿਲਮ ਲਗੀ ਤੁਸੀਂ ਅਗਰ ਟੈਲੀਵਿਜ਼ਨ ਫਿਲਮ ਲਾਓਗੇ ਅਤੇ ਤੁਹਾਨੂੰ ਆਪਾਂ ਇਹ ਫਿਲਮ ਨਹੀਂ ਦਿਆਂਗੇ ਉਹ ਫਿਲਮ ਨਹੀਂ ਦਿਆਂਗੇ ਅਤੇ ਇਹ ਕਰਕੇ ਸਾਨੂੰ ਪ੍ਰੋਬਲਮ ਆ ਰਹੀ ਹੈ ਖਾਸ ਕਰ ਮੰਡੀਆਂ ਦੇ ਸਿਨੇਮਿਆਂ 'ਚ ਸੋ ਮਲਟੀਪਲੈਕਸ ਜਿਹੜੇ ਸ਼ਹਿਰਾਂ 'ਚ ਆਏ ਨੇ ਦੈਟਸ ਆਲ ਸੋਰਟਡ ਉਹ ਠੀਕ ਨੇ ਸਭ ਪਰ ਮੰਡੀਆਂ 'ਚ ਖਾਸ ਕਰ ਸਿਨੇਮਾਜ਼ ਨੇ ਜਿਹੜੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਅਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਠੀਕ ਹੈ ਮੇਰੇ ਸਾਥ ਮੇਰੇ ਨਾਲ ਸਾਡੇ ਇੱਥੇ ਜਲੰਧਰ ਆਫਿਸ ਦੇ ਡਿਸਟ੍ਰੀਬਿਊਟਰ ਵੀ ਹੈਗੇ ਨੇ ਸੋਨੀ ਜੀ ਉਹ ਵੀ ਥੋੜ੍ਹਾ ਜਿਹਾ ਇਸ ਬਾਰੇ ਦੱਸਣਗੇ ਸਰ ਇਸ ਤਰ੍ਹਾਂ ਜੀ ਕਿ ਮੈਂ ਖੁਦ ਜਾ ਕੇ ਮੰਡੀਆਂ 'ਚ ਵਿਜ਼ਿਟ ਕਰਕੇ ਆਇਆ ਪਰ ਉਹਨਾਂ ਨੇ ਸਾਨੂੰ ਇਹੀ ਮਤਲਬ ਕਿ ਕਹਿ ਰਿਹਾ ਜਾ ਰਿਹਾ ਕਿ ਵੀ ਜੇਕਰ ਤੁਸੀਂ ਟੈਲੀਵਿਜ਼ਨ ਲਗਾਓਗੇ ਅਸੀਂ ਤੁਹਾਨੂੰ ਸ਼ੇਅਰ ਬੱਗਾਂ ਨਹੀਂ ਦਿਆਂਗੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਬਾਕੀ ਜੋ ਵੀ ਪੋਸੀਬਲ ਹੋਏਗਾ ਕਾਰਨ ਐਸ ਸੱਚ ਸਪੈਸੀਫਿਕ ਕੋਈ ਰੀਜ਼ਨ ਨਹੀਂ ਹੈ ਜੀ ਅਸੀਂ ਜਿਹੜੀ 24 ਦੀ ਰਿਲੀਜ਼ ਡੇਟ ਪਾਈ ਅਸੀਂ ਸਾਰਿਆਂ ਨਾਲ ਕੰਸਲਟ ਕਰਕੇ ਹੀ 24 ਦੀ ਰਿਲੀਜ਼ ਡੇਟ ਰੱਖੀ ਸੀ ਭਾਵੇਂ ਉਹ ਡਾਇਰੈਕਟਰ ਹੋਣ ਐਕਟਰਸ ਹੋਣ ਜਾਂ ਜਿਹੜੇ ਸਾਡੇ ਕ੍ਰੀਏਟਿਵ ਪ੍ਰੋਡਿਊਸਰ
इट्स अनफॉर्चुनेट पर सिचुएशन है ये। नहीं धमकी की हाँ बिल्कुल ठीक गल है, धमकी की गल नहीं है, सानू बस यही प्रेशराइज लाइक किया जा रहा है बी खासकर हिंदी फिल्मों के डिस्ट्रीब्यूटर वालों कि भाई अगर तुसी जो सिनेमाज नू पर्टिकुलरली कह रहे हैं कि अगर तुसी टेलीविजन लाओगे तो आप थानू आप ये फिल्म नहीं देंगे वो फिल्म नहीं देंगे। सो स्पेसिफिकली नहीं उन्होंने शेर शेर बग्गा नहीं कही नाल हाँ जी शेर बग्गा नहीं कही उन्होंने नाल नहीं 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 बिल्कुल पाजी की फिर पंजाबी मां बोली दे कंडाका नहीं कोई दी गल जेड़े हिंदी इत्थे कुछ जिन्हां नाल इक्वेशन उस तरह की नहीं बन पाई उन्हां दी गल कर रहे ने ते इदा बाहरों आके तो कोई डाका नहीं मार सकता। पर जिहड़ी गल असल दे विच ये है कि ये डेट जिहड़ी है बड़ी देर तो अनाउंसड सीगी है डेट जिहड़ी कुछ फिल्मां दी फॉर सम रीजन उन्हां नूं जे अगे पिछे करनियां पईआं ते बैठ के सॉर्ट आउट करना चाहीदा सी, उस करके आपस च जिहड़ा क्लैश है। और क्योंकि इस फिल्म नूं अगर प्रमोट ना किया जा रहा होंदा तो प्रोड्यूसर्स साढ़े भी इन्ने ज़्यादा स्टबन नहीं है, ये अगे पिछे कर लेंगे। पर फिल्म की ऑलरेडी इन्नी प्रमोशन चल रही थी कि डेट नूं हुण सडनली अगे करना औखा सी, और बैकलॉग इन्ना कोविड करके फिल्म इन्नियां बनिया पईआं अगों भी कि डेटा फ्री ने, तो मैं लगता इस करके बैकलॉग का प्रैशर भी है और कुछ सोच हुंदी है आपो अपनी, जे असीं एक दूजे नूं स्पेस नहीं प्रॉपर देंगे तो फिर असीं एक दूजे नूं जदों आपस च कट्टण लग जाएंगे तो गल फिर कित्थे जांदी है कि शायद हिंदी फिल्म वाले धक्का करते पे ने, इत्थे धक्का आपस जिहड़ा हो रहा उहदी गल हो रही है। नहीं कल शेर पग्गा नहीं नाले होर फिल्म भी ना लिया सी ना हुण कीड़ी सी जुग जुग मैं गल कर रहा कि ये सारिया दे उत्ते फिल्मों दे उत्ते एक प्रैशर है बैकलॉग का भी, ये भी नाल गल है। पर जदों फॉर एनी रीजन साडी डेट अगे पिछे होएगी ना तो सानू बाकियां दा हित जिहड़ा ध्यान च रखना पएगा, ਅਸੀਂ ਬਾਕੀ ਕਿਸੇ ਦਾ ਨੁਕਸਾਨ ਕਰਕੇ ਆਪਣੀ ਡੇਟ ਆਪਣੀ ਮਰਜ਼ੀ ਨਾਲ ਨਹੀਂ ਅਨਾਉਂਸ ਕਰ ਸਕਦੇ। ਇਹਦੇ ਵਿੱਚ ਥੋੜ੍ਹੀ ਜਿਹੀ ਮੈਨੂੰ ਲੱਗਦਾ ਕਿ ਸੁਹਿਰਦਤਾ ਦੀ ਲੋੜ ਹੈ, ਡੀਸੈਂਸੀ ਦੀ ਲੋੜ ਹੈ ਜਿੱਥੇ ਅਸੀਂ ਲੈਕ ਕਰ ਰਹੇ ਹਾਂ ਸਾਰੇ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ, ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ 'ਤੇ ਵੀ ਕਾਲ ਕਰ ਸਕਦੇ ਨੇ, ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ, ਵਸ਼ੀਕਰਨ ਅਤੇ ਮੁੱਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਦਬਨ, ਜਾਦੂ ਟੋਣਾ, ਮਣਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ, ਬਾਬਾ ਯਾਮੀਨ ਬੰਗਾਲੀ 96435032121।